ਪੰਜਾਬ ਦੇ ਕਿਸਾਨਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਹਰਿਆਣਾ ਤੋਂ ਜਿਹੜੇ ਕਿਸਾਨ ਨੇ ਫਾਜ਼ਿਲਕਾ ਦੇ ਅੰਦਰ ਮੰਡੀ ਅਰਨੀ ਵਾਲਾਂ ਦੇ ਅੰਦਰ ਪਹੁੰਚੇ ਨੇ ਕਿਸਾਨਾਂ ਨੂੰ ਜਿਹੜਾ ਇੱਥੋਂ ਨਾਲ ਲੈ ਕੇ ਜਾਣਗੇ ਅਗਾ ਵਧਣਗੇ ਕਿਸ ਤਰ੍ਹਾਂ ਦੀ ਤਿਆਰੀ ਹੈ ਗੱਲਬਾਤ ਕਰਦੇ ਆ ਕਿ ਨਾ ਭਾਜੀ ਕਿੱਥੋਂ ਆਏ ਜੀ ਹਰਸ਼ਦੀਪ ਸਿੰਘ ਗਿੱਲ ਜ਼ਿਲ੍ਹਾ ਹਸਾਰਾ ਜੀ ਭਾਰਤੀ ਕਿਸਾਨ ਨੌਜਵਾਨ ਯੂਨੀਅਨ ਮੇਰੀ ਜਥੇਬੰਦੀ ਦਾ ਨਾਮ ਹੈ ਕਿਸ ਤਰ੍ਹਾਂ ਦੀ ਤਿਆਰੀ ਹੈ ਜੀ ਕਿਉਂਕਿ ਕਿਹਾ ਜਾ ਰਿਹਾ ਕਿ ਬਾਰਡਰ ਜਿਹੜੇ ਸੀਲ ਕਰ ਦਿੱਤੇ ਗਏ ਨੇ ਤੇ ਤੁਸੀਂ ਪੰਜਾਬ ਕਿਵੇਂ ਜੀ ਅਸੀਂ ਬਾਰਡਰ ਸੀਲ ਕਰ ਦਿੱਤੇ ਐ ਸੈਂਕੜਿਆਂ ਰਸਤੇ ਨੇ ਪੰਜਾਬ ਹਰਿਆਣਾ ਚੋਂ ਪੰਜਾਬ ਚ ਐਂਟਰ ਕਰਨ ਦੇ ਤੇ ਜੋ ਬਾਰਡਰ ਸੀਲ ਕੀਤੇ ਜਾ ਰਿਹਾ ਉਹਨਾਂ ਨੂੰ ਖਲਾਉਣ ਦਾ ਕੰਮ ਸਾਡੇ ਹਰਿਆਣਾ ਦੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਕਿ ਜਦੋਂ ਵੀ ਸਾਡੇ ਪੰਜਾਬੀ ਕਿਸਾਨ ਭਰਾ ਇਹ ਬਾਰਡਰ ਦੇ ਨਜ਼ਦੀਕ ਲੱਗਣਗੇ ਉਦੋਂ ਸਭ ਆਪਣੀਆਂ ਤਿਆਰੀਆਂ ਨਾਲ ਤਿਆਰ ਬੈਠੇ ਆ ਉਥੇ ਤਿਆਰੀਆਂ ਕਰਕੇ ਜਿਵੇਂ ਹੀ ਸਾਡੇ ਕਾਫਲੇ ਪੰਜਾਬ ਬਾਰਡਰ ਤੋਂ ਹਰਿਆਣਾ ਚ ਐਂਟਰ ਕਰਨ ਦੀ ਕੋਸ਼ਿਸ਼ ਕਰਨਗੇ ਉਥੇ ਜਿੰਨੇ ਵੀ ਬੈਰੀਕੇਡ ਜਾਂ ਨਾਕੇ ਜਿੰਨੇ ਵੀ ਲਾਏ ਹੋਇਆ ਉਹਨਾਂ ਨੂੰ ਮਿੰਟਾਂ ਦੇ ਹਿਸਾਬ ਨਾਲ ਤੋੜਨ ਵਾਸਤੇ ਤਿਆਰ ਬੈਠੇ ਆ ਸਭ ਤਿਆਰੀਆਂ ਮਲੇ ਪੂਰੇ ਤਰੀਕੇ ਨਾਲ ਪ੍ਰਸ਼ਾਸਨ ਬੜਾ ਸਟਰੋਂਗ ਪੱਧਰ ਦੁੱਤੇ ਜਿਹੜੀਆਂ ਤਿਆਰੀਆਂ ਕੀਤੀਆਂ ਨੇ ਸੱਤ ਲੇਰ ਦੀ ਜਿਹੜੀ ਸਿਕਿਉਰਟੀ ਕੀਤੀ ਗਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸਾਨ ਉਸ ਨੂੰ ਤੋੜ ਪਾਏਗਾ ਕੀ ਇਸ ਦਾ ਸਮੱਸਿਆ ਦਾ ਹੱਲ ਬੈਠ ਕੇ ਨਹੀਂ ਨਿਕਲੇਗਾ ਬਿਲਕੁਲ ਹਰਿਆਣੇ ਦਾ ਕਿਸਾਨ ਇਹ ਅਗਰ ਇਹ ਸਰਕਾਰ ਦੀ ਤਰਫੋਂ ਕੋਈ ਐਕਸ਼ਨ ਨਹੀਂ ਕੀਤਾ ਜਾਂਦਾ ਤਾਂ ਉਹਦੇ ਰਿਐਕਸ਼ਨ ਦੇ ਵਜੋਂ ਹੀ ਹਰਿਆਣੇ ਦਾ ਕਿਸਾਨ ਤਿਆਰ ਹੁੰਦਾ ਹੈ। ਅਗਰ ਸਰਕਾਰ ਨੇ ਇਹ ਕੰਮ ਨਾ ਕੀਤਾ ਹੁੰਦਾ ਤਾਂ ਹਰਿਆਣੇ ਦਾ ਕਿਸਾਨ ਸੁਸਤ ਪਿਆ ਹੋਣਾ ਸੀ। ਹਰਿਆਣੇ 'ਚ ਉਲਟਾ ਰਿਐਕਸ਼ਨ ਜਾਂਦਾ ਹੈ। ਜੋ ਵੀ ਸਰਕਾਰ ਕੋਈ ਕਦਮ ਚੁੱਕਦੀ ਹੈ ਇਸ ਲੋਕਾਂ ਨੂੰ ਲੱਗਦਾ ਇੱਕ ਸਾਡੇ ਖਿਲਾਫ ਕਦਮ ਚੁੱਕਿਆ ਜਾ ਰਿਹਾ ਹੈ। ਤਾਂ 10 ਗੁਣਾ ਲੋਕ ਰਿਐਕਸ਼ਨ ਉਹਦਾ ਕਰਦੇ ਤੇ ਉਹਦੇ ਨਾਲ ਹੀ ਹਰਿਆਣੇ ਦੀ ਤਿਆਰੀ ਸ਼ੁਰੂ ਹੁੰਦੀ ਹੈ ਹਰਿਆਣੇ ਦਾ। ਸਦਾ ਤੋਂ ਹੀ ਇਹ ਸੂਲ ਰਿਹਾ ਹੈ। ਜਦ ਵੀ ਸਰਕਾਰ ਕੋਈ ਛੇੜਖਾਨੀ ਕੋਸ਼ਿਸ਼ ਕਰਨ ਕਰਨ ਦੀ ਕੋਸ਼ਿਸ਼ ਕਰਦੀ ਹੈ ਹਰਿਆਣਾ ਉੱਠ ਖੜਦਾ ਹੈ। किस तरह देखते हो जी ये आंदोलन की तैयारी है तो आ, आप यहाँ पर पहुंचे हो कैसे देखते हो ऐसे बहुत बढ़िया तैयारी है आंदोलन की तैयारी तो 2020 में ही कर दी थी हमने शुरू लेकिन पंजाब वाला ने हमारे को इतना आंदोलन करना सिखा दिया नहीं हरियाणा तो सारा पंद्रह ही बीस दिन आंदोलन करा करता तो आंदोलन है शांतिपूर्वक का अब बढ़िया आंदोलन है पूरी तैयारी हो रही है हमें इस डिस्ट्रिक्ट से आ रहे हरियाणा से और देखा पूरा बढ़िया माहौल है अरे अरेगजा से डेढ़ सौ दो सौ ट्रैक्टरों की तैयारियाँ हो रही है और मारने भी मीबर की बाढ़ देखा है जिस तरह बूंदा ही बाढ़ देखा है रहा तसली में है बकड़ी का लिया नरवाड़ा बरस लिया चंडीगढ़ बरस लिया नुए बाढ़ देखा पंजाब का भाई किस टाइम बॉर्डर पर पहुँचा है आराम भाई ने फूलों के साथ दिल्ली के लिए ले जा कद तो तक कब तक का लक्ष्य रखा गया है वहाँ पर बॉर्डर पर पहुँचने का और आगे बढ़ने की क्या रन लक्ष्य अब की बार पिछले गेट है साढ़े तेरह साढ़े बारह भी, भी नहीं बैठे देनी अब की बार साढ़े बारह भी ना बैठने की जरूरत को नहीं तेरह दिन का मैटर सारा यूँ तेरह दिन में इसकी बातचीत कर देंगे या तो मोदी मान लेगा नहीं इसकी तेरह दिन में बातचीत कर देंगे हम अब जैसे सरकार कह रही है कि बैठ कर बातचीत करते हैं इसका हल निकालते हैं तो उसका इंतजार नहीं किया ऐसा सरकार धोखा दे रही है तो मैं बैठ की बात करा हाँ जनता ने सोचा हाँ बातचीत हो रही बात मनेगी अगर मानो ना मानो मोदी 13 फरवरी को एक बार तो दिल्ली में बढ़ांगे पक्के अगर दिल्ली आज भी मान जानी एक बार तो दिल्ली में बढ़के दाड़ास के बैरल तोड़ के धाड़े हमने लगता नहीं तनाव की स्थिति बनेगी कहीं दोनों पक्षों का जो से नुकसान होगा इससे नुकसान क्यों होना है रस्ते रस्ते जानू टोका तो होगा नुकसान भाई जारो कहीं वहां बैठ जाएंगे ਰਾਸਤੇ ਬਤੇਰੇ ਹੈ ਕੋਈ ਦਿੱਕਤ ਨਹੀਂ ਹਮਨੇ ਇਸ ਬਾਤ ਦੀ ਬਿਲਕੁਲ ਜੀ ਜਿਹੜੇ ਰਾਸਤੇ ਬੜੇ ਨੇ ਕਿਸਾਨਾਂ ਦੀ ਜਿਹੜੀ ਬਿਲਕੁਲ ਤਿਆਰੀ ਹੈ ਤੇ ਦੂਜੀ ਤਰਫ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਇੱਥੋਂ ਰਵਾਨਗੀ ਹੋਣੀ ਸ਼ੁਰੂ ਹੋ ਗਈ ਹੈ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਇਹ ਫਾਜ਼ਿਲਕਾ ਦੀ ਮੰਡੀ ਅਰਨੀ ਵਾਲੇ ਦੀਆਂ ਤਸਵੀਰਾਂ ਨੇ ਜਿੱਥੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਵੱਡੀ ਗਿਣਤੀ ਵਿੱਚ ਕਿਸਾਨ ਜਿਹੜਾ ਟਰੈਕਟਰ ਟਰਾਲੀਆਂ ਤੇ ਸਮਾਨ ਲੱਦ ਕੇ ਜਿਹੜਾ ਦਿੱਲੀ ਵੱਲ ਆਗਾ ਵੱਧ ਰਹੇ ਨੇ ਇਹ ਦੇਖਣਾ ਹੋਵੇਗਾ ਕਿ ਕੀ ਇਹ ਦਿੱਲੀ ਦੇ ਬਾਰਡਰਾਂ ਤੇ ਪਹੁੰਚ ਪਾਉਂਦੇ ਨੇ ਕਿਉਂਕਿ ਜਿੱਥੇ ਹਰਿਆਣੇ ਦੇ ਸਰਕਾਰਾਂ ਵੱਲੋਂ ਵੀ ਜਿਹੜਾ ਵੱਡੇ ਇੰਤਜ਼ਾਮات ਕੀਤੇ ਗਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਅੰਦਰ ਕਿਸਾਨ ਵਿੱਚ ਬੈਠਾ ਤੇ ਨਾਲ ਰਵਾਨਗੀ ਜਿਹੜੀ ਇਹ ਫਾਜ਼ ਪੰਜਾਬ ਤੋਂ ਜਿਹੜੀ ਸ਼ੁਰੂ ਹੋ ਗਈ ਹੈ ਅਗਾ ਬੰਦੇ ਜਿਹੜੇ ਕਿਸਾਨ ਸ਼ੁਰੂ ਹੋ ਗਏ ਨੇ ਵੱਡੀ ਗਿਣਤੀ ਜਿਹੜੇ ਕਿਸਾਨ ਅਗਾ ਬੰਦੇ ਸ਼ੁਰੂ ਹੋ ਗਏ ਨੇ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ तकरीबन ਦੱਸਿਆ ਜਾ ਰਿਹਾ ਹੈ ਕਿ 100 ਦੇ ਕਰੀਬ ਜਿਹੜੀ ਟਰੈਕਟਰ ਟਰਾਲੀ ਇੱਥੋਂ ਰਵਾਨ ਦਿੱਲੀ ਦੇ ਲਈ ਰਵਾਨਾ ਹੋ ਰਹੀ ਹੈ ਦੇਖ ਸਕਦੇ ਹੋ ਕਿ ਇਹ ਕਿਸਾਨਾ ਵੱਲੋਂ ਜਿਹੜਾ ਆਰਜੀ ਤੌਰ ਤੇ ਜਿਹੜੇ ਘਰ ਟਰੈਕਟਰ ਟਰਾਲੀਆਂ ਨੂੰ ਬਣਾ ਲਏ ਗਏ ਨੇ ਰਾਸ਼ਨ ਪਾਣੀ ਦਾ ਸਮਾਨ ਜਿਹੜਾ ਵਿੱਚ ਟਰੈਕਟਰ ਟਰਾਲੀਆਂ ਦੇ ਵਿੱਚ ਰੱਖਿਆ ਗਿਆ ਤੁਹਾਨੂੰ ਤਸਵੀਰਾਂ ਦਿਖਾਣੀਆਂ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਇੰਤਜ਼ਾਮਾਦ ਨੇ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਸਨਾਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਅੰਦਰ ਟਰੈਕਟਰ ਟਰਾਲੀ ਦੇ ਅੰਦਰ ਜਿਹੜੇ ਗੱਦੇ ਲਗਾਏ ਗਏ ਨੇ ਲੋਕ ਬੈਠੇ ਨੇ ਕਿਸਾਨ ਬੈਠੇ ਨੇ ਤੇ ਅਗਾ ਵਦਨ ਦੀ ਜਿਹੜੀ ਤਿਆਰੀ ਹੈ ਬਿਲਕੁਲ ਤਿਆਰ ਬਰ ਤਿਆਰ ਬੈਠੇ ਨੇ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਇੱਥੇ ਇਕੱਠੇ ਹੋ ਰਹੇ ਨੇ ਤੇ ਟਰਾਲੀਆਂ ਦੀ ਜੇ ਗੱਲ ਕਰ ਲਈਏ ਤਾਂ ਟਰਾਲੀਆਂ ਦੀ ਜਿਹੜੀ ਸੰਖਿਆ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਜਿਹੜੀ ਇਹ ਕਿਸਾਨਾਂ ਦੀ ਇਹ ਤਿਆਰੀ ਹੈ ਕਿ ਇਸ ਮੋਰਚੇ ਨੂੰ ਲਗਾਉਣ ਦੇ ਲਈ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਜਿਹੜੀ ਇਸ ਇੱਥੇ ਦੇਖਣ ਨੂੰ ਮਿਲ ਰਹੀ ਹੈ ਹਰਿਆਣਾ ਤੋਂ ਜਿਹੜੇ ਕਿਸਾਨ ਨੇ ਇਹ ਇਸ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਹਰਿਆਣਾ ਦੇ ਅੰਦਰ ਲਜਾਣ ਦੇ ਲਈ ਮਾਰਗਦਰਸ਼ਨ ਕਰਨ ਦੇ ਲਈ ਉਹਨਾਂ ਨੂੰ ਇੱਥੇ ਪਹੁੰਚੇ ਨੇ ਲੈਣ ਲਈ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਫਾਜ਼ਿਲਕਾ ਦੀ ਮੰਡੀ ਅਰਨੀ ਵਾਲਾ ਦੀਆਂ ਨੇ ਜਿੱਥੇ ਕਿਸਾਨ ਤਿਆਰ ਪਰ ਤਿਆਰ ਦਿਖਾਈ ਦੇ ਰਿਹਾ ਹੈ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਜਿਹੜੇ ਕਿਸਾਨ ਨਜ਼ਰ ਆ ਰਹੇ ਨੇ ਰਵਾਨਗੀ ਪਾਂਦ ਦੀ ਜਿਹੜੀ ਤਿਆਰੀ ਹੈ ਤੇ ਦਿੱਲੀ ਵੱਲ ਕੂਚ ਕੀ ਕਰਨ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹਨਾਂ ਹਰਿਆਣਾ ਤੋਂ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚੇ ਨੇ ਇਹਨਾਂ ਦਾ ਮਾਰਗਦਰਸ਼ਨ ਕਰਨ ਦੀ ਗੱਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੀ ਤਿਆਰੀ ਹੈ ਕਦੋਂ ਰਵਾਨਗੀ ਹੈ ਬਸ 10-15 ਟਰਾਲੀਆਂ ਟਰਾਲੀਆਂ ਨਗਰ ਰਹਿ ਗਈਆਂ ਔਰ 15-20 ਮਿੰਟਾਂ ਚ ਅਸੀਂ ਇੱਥੋਂ ਜਿਹੜਾ ਚਾਲਾ ਪਾ ਦੇਣਾ ਹੈਗਾ ਤੇ ਉਦੋਂ ਬਾਅਦ ਜਿਹੜਾ ਅੱਗੇ ਸਾਡੇ 3-4 ਬਲਾਕ ਅੱਗੇ ਮਲੋਟ ਖੜੇ ਆ ਉਹ ਲੈ ਕੇ ਤੇ ਅਸੀਂ ਜਿਹੜਾ ਸੰਗਰੂਰ ਪਹੁੰਚਣਾ ਇੱਕ ਕਿੰਨੇ ਕਿਸਾਨ ਇੱਥੋਂ ਰਵਾਨਗੀ ਪਾ ਰਹੇ ਨੇ ਤੇ ਕਿੰਨੇ ਟਰੈਕਟਰ ਟਰਾਲੀਆਂ ਸਾਡੇ ਕੋਲੇ 100 ਟਰੈਕਟਰ ਟਰਾਲੀ ਹੈ ਜੀ ਲਗਭਗ ਉੱਪਰ ਵੀ ਹੋ ਸਕਦੀਆਂ ਆ ਚਾਰ ਕੋਈ 100 ਤੋਂ ਉੱਪਰ ਮਤਲਬ ਟਰਾਲੀਆਂ ਹੈਗੀਆਂ ਤੇ ਹਰੇਕ ਟਰਾਲੀ ਦੇ ਵਿੱਚ 10 ਤੋਂ 15 ਕਿਸਾਨ ਬੈਠੇ ਆ ਬਾਰਡਰ ਸੀਲ ਕੀਤੇ ਗਏ ਨੇ ਵੱਡੀ ਤਿਆਰੀ ਜਿਹੜੀ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਹੈ ਸੱਤ ਲੇਅਰ ਦੀ ਜਿਹੜੀ ਸਕਿਉਰਿਟੀ ਬਣਾਈ ਗਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਤੁਹਾਡੀ ਕਿਸ ਤਰ੍ਹਾਂ ਦੀ ਸਾਡੀ ਤਿਆਰੀ ਇਹ ਆ ਜੀ ਜਿੰਨਾ ਮਰਜ਼ੀ ਸਾਨੂੰ ਬੰਨ ਲਾ ਲੈਣ ਹੜ ਜਿਹੜੇ ਹੁੰਦੇ ਆ ਨਾ ਜਨਤਾ ਦੇ ਜਿਹੜੇ ਹੜ ਹੁੰਦੇ ਆ ਉਹਨਾਂ ਦੇ ਅੱਗੇ ਕੋਈ ਵੀ ਬੰਨ ਨਹੀਂ ਇੱਕ ਜਗ੍ਹਾ ਲਾ ਲੈਣਗੇ ਅਸੀਂ ਕਿਸਾਨ ਆ ਨਿਤ ਕੰਮ ਕਰਨ ਵਾਲੇ ਆ ਘੱਗਰ ਦੇ ਵਿੱਚ ਦੂਜੀ ਜਗ੍ਹਾ ਟਰੈਕਟਰਾਂ ਨਾਲ ਭਰ ਕੇ ਅਸੀਂ ਉੱਥੋਂ ਨਿਕਲ ਜਾਾਂਗੇ ਜਿਹੜਾ ਸਾਡੇ ਨਾਲ ਹਰਿਆਣੇ ਦੇ ਕਿਸਾਨ ਆ ਉਹ ਸਾਨੂੰ ਕਹਿ ਰਹੇ ਆ ਵੀ ਤੁਸੀਂ ਬਾਰਡਰਾਂ ਤੇ ਆਓ ਅੱਗੇ ਨਗਾਉਣਾ ਸਾਡੀ ਜ਼ਿੰਮੇਵਾਰੀ ਹੈ ਉਹ ਸਾਨੂੰ ਦੱਸਣਗੇ ਰਸਤਾ ਵੀ ਇੱਧਰ ਦੀ ਜਿਹੜਾ ਘੱਗਰ ਨੂੰ ਭਰ ਕੇ ਅਸੀਂ ਉਧਰ ਦੀ ਟੱਪ ਜਾਵਾਂਗੇ ਸਾਨੂੰ ਕੀ ਚੱਕਰ ਹਰਿਆਣਾ ਦਾ ਕਿਸਾਨ ਵੀ ਇੱਥੇ ਪਹੁੰਚਿਆ ਉਹ ਉਹ ਕਿਸ ਮਕਸਦ ਉਹ ਸਾਨੂੰ ਸਾਡਾ ਵੈਲਕਮ ਕਰਨ ਆਏ ਆ ਸਾਨੂੰ ਲੈਣ ਆਏ ਆ ਨਾਲ ਲੈ ਕੇ ਸਾਨੂੰ ਉੱਥੇ ਜਾਣਗੇ ਲੱਗਦਾ ਨਹੀਂ ਕਿ ਤਣਾਪੂਰਨ ਸਥਿਤੀ ਬਣੇਗੀ ਇਸ ਤਰ੍ਹਾਂ ਬੈਠ ਕੇ ਕੋਈ ਹੱਲ ਨਿਕਲ ਸਕਦਾ ਵੇਖੋ ਉਹ ਸਰਕਾਰ ਨੇ ਹੱਲ ਕਢਣਾ ਹੁਣ ਉੱਥੇ ਕਿੰਨੇ ਲੋਕ ਪਰੇਸ਼ਾਨ ਹੋਈ ਜਾਂਦੇ 13 ਤਰੀਕ ਦੀ ਕਾਲ ਸੀ 13 ਤੋਂ ਪਹਿਲਾਂ ਤਾਂ ਅਸੀਂ ਬਾਰਡਰਾਂ ਤੇ ਜਾਣਾ ਹੀ ਨਹੀਂ ਉਹਨਾਂ ਨੂੰ 2 ਦਿਨ ਹੋ ਗਏ ਜਿਹੜੇ ਉੱਥੇ ਉਹ ਬਾਰਡਰ ਬੰਦ ਕਰ ਰੱਖੇ ਆ ਕਿੰਨੀ ਉੱਥੇ ਜਨਤਾ ਪਰੇਸ਼ਾਨ ਹੋ ਰਹੀ ਆ ਕੱਢਣ ਬੈਠ ਕੇ ਗੱਲ ਅਸੀਂ ਕਿਦੋਂ ਮਤਲਬ ਬੈਠਣ ਤੋਂ ਭੱਜੇ ਆ ਨਾ ਸਾਡੇ ਪ੍ਰਧਾਨ ਜੀ ਇਸ ਗੱਲ ਤੋਂ ਭੱਜਿਆ ਕਰਨ ਡਾਇਲੌਗ ਤੇ ਹੀ ਗੱਲ ਨਿਬੜਣੀ ਆ ਬੈਠ ਕੇ ਹੀ ਗੱਲ ਨਿਬੜਣੀ ਆ ਪ੍ਰਧਾਨ ਜੀ ਤਿਆਰੀ ਪਿਛਲੇ ਸਾਲ ਨਾਲੋਂ ਕਿਵੇਂ ਪਿਛਲੇ ਸਾਲ ਨਾਲੋਂ ਵੀ ਦੁੱਗਣੀ ਤਿਗਣੀ ਤਿਆਰੀ ਹੈ ਰਾਸ਼ਨ ਪਾਣੀ ਰਾਸ਼ਨ ਪਾਣੀ ਸਭ ਤਿਆਰ ਦਾ ਜਦੋਂ ਫਿਰ ਬਾਬੇ ਨਾਨਕ ਦੀ ਮਿਹਰ ਹੋ ਜੇ ਉਦੋਂ ਫਿਰ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ ਤੇ ਜੇ ਅੱਗੇ ਬਾਬੇ ਨਾਨਕ ਦੀ ਮਿਹਰ ਨਾਲ ਮੋਰਚਾ ਜਿੱਤ ਕੇ ਮੁੜੇ ਆ ਤੇ ਐਕਟੀ ਵੀ ਜਿੱਤ ਕੇ ਮੁੜਾਂਗੇ ਐਕਟੀ ਵੀ ਕੋਈ ਟੈਨਸ਼ਨ ਨਹੀਂ ਸਰਕਾਰਾਂ ਦਾ ਰਵਈਆ ਕਿਸ ਤਰ੍ਹਾਂ ਦੇਖਦੇ ਹੋ ਸਰਕਾਰਾਂ ਦਾ ਰਵਈਆ ਕਿਹੋ ਜਿਹਾ ਹੋਵੇ ਜਿੱਥੇ ਬਾਬੇ ਨਾਨਕ ਦੀ ਮਿਹਰ ਹੋਵੇ ਉੱਥੇ ਸਰਕਾਰਾਂ ਨਾ ਅੜਦੀਆਂ ਤੇ ਨਾ ਹੀ ਕੋਈ ਉੱਥੇ ਕੰਧਾਂ ਅੜਦੀਆਂ ਤੇ ਨਾ ਹੀ ਉੱਥੇ ਕੋਈ ਕੁਝ ਨਹੀਂ ਅੜਦਾ ਲੱਗਦਾ ਇਹ ਦੋਨੋਂ ਧਿਰਾਂ ਦਾ ਨੁਕਸਾਨ ਹੋਵੇਗਾ ਨੁਕਸਾਨ ਜਿਹੜਾ ਹੈਗਾ ਨੁਕਸਾਨ ਵੀ ਉਸ ਮਾਲਕ ਦੀ ਮੌਜਾ ਜੀ ਉਹਨੇ ਨੁਕਸਾਨ ਕਰਨਾ ਦੋਸਤੋ ਹੋਣਾ ਹੀ ਹੈ ਆਟੋਮੈ ਤੇ ਇਹ ਸਾਰੀ ਗੱਲਾਂ ਦਾ ਹੱਲ ਕੀ ਇਹਨਾਂ ਗੱਲਾਂ ਦਾ ਹੱਲ ਤਾਂ ਇਹ ਹੈ ਵੀ ਜੋ ਕਿਸਾਨ ਦੀਆਂ ਮੰਗਾਂ ਆ ਉਹ ਮੰਨੀਆਂ ਜਾਣ ਤੇ ਕਿਸਾਨ ਨੂੰ ਜਿਹੜਾ ਹੈਗਾ ਵੀ ਉਹ ਕਿਸਾਨ ਆਪੇ ਜਿਹੜਾ ਸੁਸਾਈਡ ਕਰਦਾ ਜਾਂ ਮੰਨ ਲਓ ਵੀ ਫਾਇ ਲੀ ਜਾਂਦਾ ਇਹਦੇ ਤੋਂ ਬਚਤ ਹੋ ਸਕਦੀ ਆ ਤੇ ਨਾਲ ਜਿਹੜਾ ਹੈਗਾ ਮੰਗਾਂ ਦੇ ਨਾਲ-ਨਾਲ ਜਿਹੜਾ ਮੰਨ ਲਓ ਕਿਸਾਨ ਖਸ਼ਾਲ ਵੀ ਹੋ ਸਕਦਾ ਮੰਗਾਂ ਕੀ ਨੇ ਮੰਗਾਂ ਸਾਡੀਆਂ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਆ ਸੁਆਮੀ ਨਾਥਨ ਦੀ ਰਿਪੋਰਟ ਆ ਜਾਂ ਜਿਹੜੇ ਪਰਚੇ ਹੋਏ ਅੱਗੇ ਪਿੱਛੇ ਉਹ ਰੱਦ ਕੀਤੇ ਜਾਣ ਹਰਿਆਣਾ ਦੇ ਆ ਕਰਜ਼ਾ ਮੁਕਤੀ ਦਾ ਹੈਗਾ ਇੱਕ ਨਾਲ ਸੁਆਮੀ ਨਾਥਨ ਦੀ ਰਿਪੋਰਟ ਦਾ ਸਾਰਾ ਇਹ ਜਿਹੜੇ ਹੈਗੀਆਂ ਮੰਗਾਂ ਸਾਡੀਆਂ ਮੰਨੀਆਂ ਜਾਣ ਬਸ ਉਹਦੇ ਚ ਕੀ ਹਾਂ ਮਤਲਬ ਕਿ ਤਿਆਰੀ ਹੁਣ ਰਵਾਨਗੀ ਹੈ ਹਾਂ ਰਵਾਨਗੀ ਹੈ ਪੂਰੀ ਆ ਬਿਲਕੁਲ ਜੀ ਜਿਹੜਾ ਜਿਹੜੇ ਤੁਸੀਂ ਇਹ ਹਾਲਾਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਕਿਸਾਨ ਵੱਡੀ ਗਿਣਤੀ 'ਚ ਇੱਥੇ ਇਕੱਠੇ ਹੋਏ ਨੇ ਤੇ ਜਿਹੜੀ ਦਿੱਲੀ ਵੱਲ ਕੂਚ ਕਰਨ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬਸ ਕੁਝ ਮਿੰਟਾਂ ਦੇ ਅੰਦਰ ਹੀ ਜਿਹੜੀ ਇੱਥੋਂ ਰਵਾਨਗੀ ਜਿਹੜੀ ਕਿਸਾਨ ਕਰਨਗੇ ਤੇ ਜੇ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਔਕੜਾਂ ਜੇ ਕੋਈ ਆਂਧੀਆਂ ਨੇ ਤਾਂ ਉਹ ਇਸ ਦਾ ਸਾਹਮਣਾ ਕਰਨਗੇ ਤੇ ਜਿਹੜੀਆਂ ਸਰਦਾਂ ਤੇ ਲੱਗੀਆਂ ਜਿਹੜੇ ਪਹਿਰੇ ਨੇ ਉਹਨਾਂ ਨੂੰ ਤੋੜਨਗੇ ਤੇ ਅੱਗਾ ਵਧਣਗੇ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਜਿਹੜੇ ਹੁਣ ਪੰਜਾਬ ਤੋਂ ਚੱਲਨੇ ਸ਼ੁਰੂ ਹੋ ਗਏ ਨੇ 13 ਤਰੀਕ ਦੇ ਦਿੱਲੀ ਸੱਦੇ ਨੂੰ ਲੈ ਕੇ ਜਿਹੜਾ ਕਿਸਾਨ ਦਿੱਲੀ ਪਹੁੰਚਣ ਦੀਆਂ ਤਿਆਰੀਆਂ ਕਰ ਰਹੇ ਨੇ ਤੇ ਹੁਣ ਜਿਹੜੇ ਨੇ ਚਾਲੇ ਦਿੱਲੀ ਵੱਲ ਕਿਸਾਨਾਂ ਦੇ ਪੈਨੇ ਸ਼ੁਰੂ ਹੋ ਗਏ ਨੇ ਪ੍ਰਦੀਪ ਕੁਮਾਰ న్యూਸ 18 ਮੰਡੀ ਅਰਨੀਆਲਾ ਫਾਜ਼ਿਲਕਾ